ਵੀਰ ਦੇਖੋ ਕਿਸਾਨ ਸੈਲਫੀਆਂ ਕਰਾ ਰਹੇ ਨੇ ਹਰਿਆਣੇ ਵਾਲੀ ਪੁਲਿਸ ਦੇ ਨਾਲ। ਦੇਖੋ ਇਹ ਲੋਕਤੰਤਰ ਵੀ ਆ, ਖੂਬਸੂਰਤੀ ਵੀ ਆ, ਆਪਸੀ ਪਿਆਰ ਵੀ ਆ, ਤੇ ਦਿਨੇ ਡਾਂਗ ਵੀ ਖੜਕੀ ਆ, ਦਿਨੇ ਟਕਰਾਅ ਵੀ ਹੋਇਆ, ਪਰ ਹੁਣ ਰਾਤ ਹੋਇਆ ਕਿਉਂਕਿ ਕਹਿੰਦੇ ਨਿੱਜੀ ਦੁਸ਼ਮਣੀ ਸਾਡੀ ਕੋਈ ਤੁਹਾਡੇ ਨਾਲ ਹੈ ਨਹੀਂ। ਇੱਧਰ ਮੁਲਾਜ਼ਮ ਆਪਦੀ ਡਿਊਟੀ ਕਰ ਰਹੇ ਨੇ ਕਹਿੰਦੇ, ਤੇ ਇੱਧਰ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ। ਤਾਂ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਵੀ ਹੋਈ ਆ, ਪੂਰਾ ਦਿਨ ਅੱਜ ਸੰਘਰਸ਼ ਚੱਲਦਾ ਰਿਹਾ। ਹਾਲਾਂਕਿ ਮੈਂ ਇੱਧਰ ਕਿਸੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨਾਲ ਕੋਈ ਬਹੁਤੀ ਗੱਲ ਨਹੀਂ ਕਰ ਰਿਹਾ ਕਿਉਂਕਿ ਮਜਬੂਰ ਹੋਣਗੇ, ਸ਼ਾਇਦ ਇਹ ਕੁਝ ਬੋਲ ਵੀ ਨਾ ਸਕਣ, ਤਾਂ ਇਸ ਕਰਕੇ ਮੈਂ ਉਸ ਪਾਸੇ ਨਹੀਂ ਜਾ ਰਿਹਾ। ਪਰ ਤੁਸੀਂ ਦੇਖੋ ਜਮਾਂ ਨਾਲ ਨਾਲ ਖੜੇ ਆ, ਇਹ ਤਸਵੀਰ ਮੈਂ ਬਹੁਤ ਜ਼ਰੂਰੀ ਵਿਖਾਉਣੀ ਚਾਹੁੰਦਾ ਸੀ ਕਿ ਆ ਜਮਾਂ ਇਕੱਠੇ ਖੜੇ ਆ। ਹੁਣ ਕੈਮਰਾ ਚੱਲੇ ਤੋਂ ਪਾਸੇ ਪਾਸੇ ਹੋ ਗਏ, ਪਰ ਪਹਿਲਾਂ ਗੱਲਬਾਤ ਵੀ ਹੋ ਰਹੀ ਸੀ। ਕਿਸਾਨ ਲਾਂਭਾ ਦੇ ਰਹੇ ਸੀ ਇਹਨਾਂ ਨੂੰ ਕਿ ਭਾਈ ਸਾਡਾ ਤੁਹਾਡੇ ਨਾਲ ਰੌਲਾ ਕੋਈ ਨਹੀਂ, ਤੁਸੀਂ ਸਾਡੇ ਤੇ ਗੋਲੇ ਸਿੱਟੀ ਗਏ, ਪੈਰ ਨਹੀਂ ਅੱਗੇ ਰੱਖਣ ਦਿੱਤਾ, ਕੀਤਾ ਤਾਂ ਵੈਸੇ ਬਾਊ ਜੀ ਐਂ ਆ, ਸਾਨੂੰ ਵੀ ਗਾਂ ਨੇੜੇ ਆਉਣ ਨਹੀਂ ਦਿੱਤਾ, ਗੋਲੇ ਤੇ ਗੋਲਾ ਸਿੱਟੀ ਗਏ। ਆ ਪਿੱਛੇ ਸਰਦਾਰ ਭਰਾ ਵੀ ਖੜੇ ਆ, ਹਾਲਾਂਕਿ ਹਰਿਆਣਵੀ ਸਰਦਾਰ ਨੇ, ਸਰਦਾਰ ਦਾ ਵੈਸੇ ਹੋਇਆ ਤੇ ਇੱਦਾਂ ਹੀ ਹੈ, ਨਿੱਜੀ ਦਾ ਰੌਲਾ ਕੋਈ ਨਹੀਂ। ਨਾ ਨਿੱਜੀ ਰੌਲਾ ਕੋਈ ਨਹੀਂ ਜੀ, ਇਹ ਆਪਣੇ ਭਰਾ ਆ, ਹੁਣ ਉਹ ਆਪਣਾ ਕੰਮ ਕਰਨਾ, ਆਪਾਂ ਕਰਨਾ ਆ, ਇਹ ਚੱਕਰ ਨਹੀਂ। ਤਾਂ ਡਿਊਟੀ ਤੇ ਪਰ ਤੁਹਾਨੂੰ ਡਟਣਾ ਪੈ ਰਿਹਾ? ਬਿਲਕੁਲ ਬਿਲਕੁਲ ਜੀ, ਡਿਊਟੀ ਤੋਂ ਡਟਣਾ ਪੈ ਰਿਹਾ ਜੀ। ਆਪਾਂ ਭਰਾ ਵੀ ਪੱਕੇ ਨੇ, ਡਿਊਟੀ ਵੀ ਪੱਕੀ, ਭਰਾ ਵੀ ਪੱਕੇ ਆਪਣੇ, ਕੋਈ ਚੱਕਰ ਨਹੀਂ ਆ। ਉਹ ਯਾਰ ਆਪਣੇ ਭੈਣ ਭਰਾ ਆਪਾਂ, ਕੋਈ ਹੋਰ ਸਾਡੀ ਆ, ਤੇ ਬਾਕੂ ਆਪਣੇ ਜਿਹੜਾ ਡਿਊਟੀ ਕਰਨਾ ਆਪਾਂ ਕਰਨ ਡਏ ਆ, ਹੈਨਾ ਜੀ। ਕਹਿੰਦੇ ਵੀ ਡਿਊਟੀ ਅਸੀਂ ਆਪਦੀ ਕਰ ਰਹੇ ਆ, ਪਰ ਵੈਸੇ ਭਰਾ ਨੇ। ਤਾਂ ਇਹ ਤਸਵੀਰ ਹੈ ਜੀ, ਇੱਕ ਤੁਹਾਨੂੰ ਪਿੱਛੇ ਤਸਵੀਰ ਦਿਖਾ ਦਿੰਦੇ ਆ, ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ, ਵੱਡੀ ਗਿਣਤੀ 'ਚ ਖੜੇ ਨੇ। ਤਾਂ ਇਹ ਹਾਲਾਤ ਆ ਜੀ ਖਨੌਰੀ ਬੈਰੀਅਰ ਦੇ, ਪੂਰਾ ਦਿਨ ਜਿੱਥੇ ਸੰਘਰਸ਼ ਚੱਲਦਾ ਰਿਹਾ, ਪੂਰਾ ਦਿਨ ਜਿੱਥੇ ਸੰਘਰਸ਼ ਚੱਲਦਾ ਰਿਹਾ, ਇਹ ਤਸਵੀਰਾਂ ਨੇ। ਔਰ ਅੱਗੇ ਕੀ ਫੈਸਲਾ ਹੁੰਦਾ, ਕਿਸਾਨ ਜਥੇਬੰਦੀਆਂ ਅੱਗੇ ਫੈਸਲਾ ਕਰਨਗੀਆਂ। ਇਹ ਥਾਂ ਥੋੜਾ ਖਾਲੀ ਹੈ ਕਿਉਂਕਿ ਸਾਹਮਣੇ ਹਰਿਆਣੇ ਨੇ ਖਨੌਰੀ ਵਾਲਾ ਬੈਰੀਕੇਡ ਆ ਜਿਹੜਾ ਉਹ ਲਾਇਆ ਹੋਇਆ, ਇੱਕ ਤੁਹਾਨੂੰ ਫਿਰ ਦਿਖਾ ਦਿਆਂ। ਪਹਿਲਾਂ ਤਾਂ ਗੱਲ ਇਹ ਆ, ਫਿਰ ਜੀ ਇੱਕ ਮਿੰਟ ਗੱਲ ਕਰ ਲਈਏ ਆਪਾਂ। ਤਾਂ ਪਿੱਛੇ ਦੇਖੋ, ਪਿੱਛੇ ਤੁਹਾਨੂੰ ਜਿਹੜੀਆਂ ਲਾਈਟਾਂ ਨਜ਼ਰ ਆ ਰਹੀਆਂ ਉਹ ਹਰਿਆਣੇ ਵਾਲਾ ਬੈਰੀਅਰ ਆ, ਜਿੱਥੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ। ਔਰ ਇੱਧਰ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ, ਨੌਜਵਾਨ ਕਿਸਾਨ ਮੌਜੂਦ ਨੇ। ਔਰ ਇੱਥੇ ਆ ਵਿਚਕਾਰ ਥੋੜਾ ਜਿਹਾ ਗੈਪ ਹੈ, ਔਰ ਕਿਉਂਕਿ ਥਾਂ ਖਾਲੀ ਹੈ, ਇੱਥੇ ਕੱਲ ਵੀ ਦਿਨੇ ਲੱਗੇ ਸੀ, ਬਹੁਤ ਕੁਝ ਹੋਇਆ, ਇੱਥੇ ਅਥਰੂ ਗੈਸ ਵੀ ਚੱਲੀ ਹੈ, ਪਰ ਹੁਣ ਰਾਤ ਹੋ ਗਈ ਹੈ, ਸੀਜ਼ ਫਾਇਰ ਆਪਾਂ ਕਵਾਂਗੇ। ਔਰ ਪਿੱਛੇ ਕਿਸਾਨਾਂ ਦੇ ਟਰੈਕਟਰ ਖੜੇ ਨੇ, ਔਰ ਆ ਪੂਰਾ ਜਿਹੜੀਆਂ ਤਸਵੀਰਾਂ ਨੇ, ਇੱਥੋਂ ਪਤਾ ਲੱਗਦਾ ਕਿ ਇੱਥੇ ਕੀ ਕੁਝ ਦਿਨ ਭਰ ਜਿਹੜਾ ਹੁੰਦਾ ਰਿਹਾ, ਕਿਵੇਂ ਟਕਰਾਅ ਜਿਹੜਾ ਹੁੰਦਾ ਰਿਹਾ, ਕਿਵੇਂ ਅਥਰੂ ਗੈਸ ਹੈ ਜਿਹੜੀ, ਆ ਕਿਸੇ ਦਾ ਕਿਸੇ ਦੀ ਚੱਪਲ, ਕਿਸੇ ਭੱਜਣ ਲੱਗੇ ਦੀ ਚੱਪਲ ਲਈ ਹੋਊਗੀ। ਇਹ ਤਸਵੀਰਾਂ ਇੱਥੋਂ ਪਤਾ ਲੱਗਦਾ ਕਿ ਦਿਨ ਭਰ ਇੱਥੇ ਕੀ ਕੁਝ ਚੱਲਦਾ ਰਿਹਾ, ਕੀ ਕੁਝ ਖਿੱਚੋ ਤਾਣ ਚੱਲਦੀ ਰਹੀ ਆ। ਇੱਥੇ ਦੇਖੋ ਕਿਸੇ ਦੇ ਕੱਪੜੇ ਖਿਲ ਰਹੇ ਆ, ਕਿਸੇ ਦਾ ਕੁਝ ਖਿਲ ਰਿਹਾ, ਕਿਸੇ ਦੇ ਇੱਥੇ ਜੁੱਤੀਆਂ ਪਈਆਂ। ਤਾਂ ਇਹ ਇਸੇ ਤਰ੍ਹਾਂ ਪੂਰਾ ਦਿਨ ਇੱਥੇ ਖਿੱਚ ਧੂਹ ਚੱਲਦੀ ਰਹੀ ਆ, ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਜਿਹੜੀ ਹੈਗੀ ਆ ਸੁੱਟੀ ਜਾਂਦੀ ਰਹੀ ਹੈ, ਔਰ ਲਾਠੀਚਾਰਜ ਤੱਕ ਕਹਿੰਦੇ ਨੇ ਕਿ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਤਾਂ ਆ ਅੱਗੇ ਟਰੈਕਟਰਾਂ ਕੋਲੇ ਅਸੀਂ ਪਹੁੰਚ ਗਏ ਆ, ਆ ਸਾਹਮਣੇ ਟਰੈਕਟਰ ਜਿਹੜੇ ਨੇ ਉਹ ਕਿਸਾਨਾਂ ਨੇ ਇਹ ਥੋੜੀ ਦੂਰੀ ਤੇ, ਕਰੀਬ 100-150 ਮੀਟਰ ਦੀ ਦੂਰੀ ਤੇ ਪਿੱਛੇ ਇਹ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਖੜਾ। ਹਾਲਾਂਕਿ ਅੱਗੇ ਕੀ ਰਣਨੀਤੀ ਬਣਨੀ ਹੈ, ਕੀ ਫੈਸਲਾ ਹੋਣਾ, ਉਹਨੂੰ ਲੈ ਕੇ ਹਜੇ ਅੱਗੇ ਕਿਸਾਨਾਂ ਨੇ ਫੈਸਲਾ ਕਰਨਾ, ਮੀਟਿੰਗ ਦੇ ਵਿੱਚ ਫੈਸਲਾ ਹੋਣਾ। ਪਰ ਟਰੈਕਟਰ ਫਿਲਹਾਲ ਇੱਥੇ ਲਾ ਦਿੱਤੇ ਗਏ ਨੇ, ਹੋ ਸਕਦਾ ਰਾਤ ਨੂੰ ਕੋਈ ਮੀਟਿੰਗ 'ਚ ਫੈਸਲਾ ਹੋਵੇ, ਜਾਂ ਫਿਰ ਤੜਕੇ ਇੱਕ ਵਾਰ ਹੋਰ ਮੀਟਿੰਗ ਹੋਵੇ ਔਰ ਉਸ ਮੀਟਿੰਗ ਦੇ ਵਿੱਚ ਆਖਰੀ ਫੈਸਲਾ ਜਿਹੜਾ ਉਹ ਲਿਆ ਜਾਵੇ ਕਿ ਕੀ ਇੱਥੇ ਹੀ ਬੈਠਣਾ ਜਾਂ ਫਿਰ ਅੱਗੇ ਹਰਿਆਣੇ ਵਾਲਾ ਬੈਰੀਕੇਡ ਆ ਜਿਹੜਾ ਉਹ ਤੋੜ ਕੇ ਹਰਿਆਣੇ ਦੇ ਵਿੱਚ ਵਧਣਾ, ਦਿੱਲੀ ਵੱਲ ਜਾਣਾ। ਤਾਂ ਆਹ ਟਰੈਕਟਰ ਟਰਾਲੀਆਂ ਦੀਆਂ ਤਸਵੀਰਾਂ
ਅਸੀਂ ਇੱਕ ਵਾਰ ਇੱਥੇ ਪਹੁੰਚ ਗਏ ਹਾਂ। ਪੂਰਾ ਦਿਨ ਜਿਸ ਤਰ੍ਹਾਂ ਦਾ ਸੰਘਰਸ਼ ਚੱਲਦਾ ਰਿਹਾ, ਜਿਸ ਤਰ੍ਹਾਂ ਜੋ ਕੁਝ ਹੁੰਦਾ ਰਿਹਾ ਉਹ ਹਰ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਔਰ ਹੁਣ ਲੰਗਰ ਪ੍ਰਸ਼ਾਦਾ ਜਿਹੜਾ ਉਹਦੀ ਤਿਆਰੀ ਚੱਲ ਰਹੀ ਹੈ, ਕਿਉਂਕਿ ਰਾਤ ਤੈਅ ਹੋ ਗਿਆ ਕਿ ਰਾਤ ਇੱਥੇ ਹੀ ਕੱਟਣੀ ਹੈ। ਤਾਂ ਇੱਧਰ ਕਿਸਾਨ ਵੀਰ ਇੱਧਰ ਤੜਕਿਆਂ ਤੁੜਕਿਆਂ ਦੀ ਤਿਆਰੀ, ਸਬਜ਼ੀਆਂ ਸੁਬਜ਼ੀਆਂ ਦੀ ਤਿਆਰੀ ਚੱਲ ਰਹੀ ਆ, ਵੇਖੋ ਭਾਂਡੇ ਟਿੰਡੇ ਤਿਆਰ ਨੇ। ਤਾਂ ਅੱਜ ਦੀ ਰਾਤ ਫਿਲਹਾਲ ਇੱਥੇ ਹੀ ਹੈ, ਕੱਲ੍ਹ ਦੀ ਰਾਤ ਕਿੱਥੇ ਹੋਣੀ ਹੈ ਜਾਂ ਕੱਲ੍ਹ ਕੀ ਹੋਣਾ ਉਹਨੂੰ ਲੈ ਕੇ ਮੀਟਿੰਗ